आ जा। ਇਹ ਉਹੀ ਇੰਸਪੈਕਟਰ ਜਗਵੀਰ ਸਿੰਘ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵੀਡੀਓ 'ਚ ਉਹ ਇੱਕ ਘਰ ਮੋਰੇ ਬਿਨਾਂ ਕੱਪੜਿਆਂ ਤੋਂ ਆਉਂਦਾ ਹੈ ਅਤੇ ਲਲਕਾਰੇ ਮਾਰਦਾ ਹੋਇਆ ਇੱਕ ਇੱਟ ਸਿੱਧੀ ਇਸ ਸਫੇਦ ਕੱਪੜਿਆਂ ਵਾਲੇ ਦੇ ਮਾਰਦਾ ਹੈ ਅਤੇ ਇੱਕ ਲੱਤ ਨਾਲ ਇਸ ਨੌਜਵਾਨ ਨੂੰ ਗੇਟਾਂ ਮੋਹਰੇ ਵਗਾ ਮਾਰਦਾ ਹੈ। ਪਹਿਲਾਂ ਜ਼ਰਾ ਇਹ ਵੀਡੀਓ ਵੇਖੋ, ਫਿਰ ਅਸੀਂ ਤੁਹਾਨੂੰ ਸਾਰੀ ਗੱਲ ਅਤੇ ਇਸ ਲੜਾਈ ਦਾ ਅਸਲ ਕਾਰਨ ਸਮਝਾਉਂਦੇ ਹਾਂ। ਹੁਣ ਤੁਸੀਂ ਸ਼ਾਇਦ ਇਸ ਥਾਣੇਦਾਰ ਬਾਰੇ ਆਪਣੇ ਮਨ 'ਚ ਵਿਚਾਰ ਬਣਾ ਲਿਆ ਹੋਣਾ ਕਿ ਸ਼ਾਇਦ ਇਹ ਸਭ ਕੁਝ ਪੁਲਸੀਆ ਹੋਣ ਦੇ ਕਰਕੇ ਕਰ ਰਿਹਾ ਕਿ ਲੋਕਾਂ ਨੂੰ ਘਰਾਂ ਮੋਹਰੇ ਜਾ ਕੇ ਕੁੱਟਦਾ ਮਾਰਦਾ। ਪਰ ਹੁਣ ਇਸ ਵੀਡੀਓ 'ਚ ਇਸ ਥਾਣੇਦਾਰ ਨੂੰ ਉਸਦੀ ਜਵਾਨ ਹੋ ਰਹੀ ਧੀ ਦੇ ਸਾਹਮਣੇ ਦੇਖੋ ਕਿਵੇਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਅਤੇ ਬਾਅਦ 'ਚ ਧੀ ਸਾਹਮਣੇ ਥਾਣੇਦਾਰ ਦੀ ਹੋਈ ਕੁੱਟਮਾਰ ਵੀ ਦਿਖਾਵਾਂਗੇ। ਨਹੀਂ ਨਹੀਂ ਲਾਓ ਲੂ ਸਰ ਲਾ ਦੇ ਮਾਰ ਬਾਹਰ ਹੁਣ ਮੇਰੇ ਹੁਣ ਮਾਰ ਆ ਜਾ ਕੋਈ ਨੀ ਟਰਨਾ ਨੀ ਪੁੱਤ ਲਿਆ ਰੂਮ ਤੇ ਫੋਨ ਕਰ। ਹੁਣ ਵੇਖੋ ਕਿਵੇਂ ਵੀਡੀਓ 'ਚ ਸ਼ਰਾਬੀ ਹੋਣ ਦੀ ਗੱਲ ਕਹਿ ਰਹੇ ਇਹ ਲੋਕ ਥਾਣੇਦਾਰ ਦੀ ਗਲੀ 'ਚ ਢਾ ਕੇ ਕੁੱਟਮਾਰ ਕਰ ਰਹੇ ਨੇ। ਹੁਣ ਸੁਣੋ ਇਸ ਥਾਣੇਦਾਰ ਨਾਲ ਇਸ ਘਟਨਾਕ੍ਰਮ ਤੋਂ ਬਾਅਦ ਕੀ ਹੋਇਆ। ਅਸਲ 'ਚ ਇਹ ਥਾਣੇਦਾਰ ਆਪਣੀ ਪਲੇਅਰ ਬੇਟੀ ਦੇ ਉਂਗਲ 'ਤੇ ਲੱਗੀ ਸੱਟ ਦਾ ਇਲਾਜ ਕਰਾਉਣ ਡਾਕਟਰ ਕੋਲ ਜਾ ਰਹੇ ਸਨ ਤਾਂ ਥਾਣੇਦਾਰ ਜਗਵੀਰ ਸਿੰਘ ਮੁਤਾਬਕ ਗਲੀ 'ਚ ਇੱਕ ਗੱਡੀ ਖੜ੍ਹੀ ਸੀ ਅਤੇ ਉਸ ਦੇ ਨੇੜੇ ਖੜ੍ਹੇ ਲੋਕ ਸ਼ਰਾਬ ਪੀ ਰਹੇ ਸਨ। ਜਿਵੇਂ ਹੀ ਉਸਨੇ ਸ਼ਰਾਬੀ ਹੋਏ ਲੋਕਾਂ ਨੂੰ ਰਾਹ ਦੇਣ ਲਈ ਕਿਹਾ ਤਾਂ ਅੱਗਿਓਂ ਉਸ ਨਾਲ ਕੀ ਹੋਇਆ, ਜ਼ਰਾ ਤੁਸੀਂ ਆਪ ਹੀ ਥਾਣੇਦਾਰ ਅਤੇ ਉਸ ਦੀ ਧੀ ਤੋਂ ਸੁਣੋ। ਮੇਰਾ ਨਾਂ ਜਗਵੀਰ ਸਿੰਘ ਹੈ ਅਤੇ ਮੈਂ ਵੋਲੀਬਾਲ ਦਾ ਇੰਟਰਨੈਸ਼ਨਲ ਪਲੇਅਰ ਹਾਂ ਅਤੇ ਮੇਰੀ ਬੇਟੀ ਕ੍ਰਿਕਟ ਦੀ ਪਲੇਅਰ ਆ। ਇਹਦੇ ਸੱਟ ਲੱਗ ਗਈ ਸੀਗੀ ਉਂਗਲ 'ਤੇ ਅਤੇ ਜਿਹਨੂੰ ਲੈ ਕੇ ਅਸੀਂ ਪੱਟੀ ਕਰਾਉਣ ਲਈ ਜਾ ਰਹੇ ਹਾਂ ਅਤੇ ਮਨਪ੍ਰੀਤ ਅਤੇ ਉਹਦਾ ਭਰਾ ਹਰਪ੍ਰੀਤ ਅਤੇ ਕੁਲਦੀਪ ਸਿੰਘ ਰਸਤੇ ਦੇ ਵਿੱਚ ਗੱਡੀ ਲਾ ਕੇ ਸੈਂਟਰ ਦੇ ਵਿੱਚ ਦਾਰੂ ਪੀ ਰਹੇ ਸੀ ਅਤੇ ਰੱਜੇ ਸੀ ਸ਼ਰਾਬ ਨਾਲ। ਜਦੋਂ ਉਹਨਾਂ ਨੂੰ ਦੋ ਚਾਰ ਮਿੰਟ ਵਾਸਤੇ ਕਿਹਾ ਉਹਨਾਂ ਨੂੰ ਜਾਣ ਵਾਸਤੇ ਪਰੇ ਕਰਨ ਵਾਸਤੇ, ਉਹਨਾਂ ਨੇ ਇਸ਼ਾਰਾ ਨਹੀਂ ਸਾਡਾ ਪਰੇ ਨਹੀਂ ਕੀਤੀ ਗੱਡੀ। ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਕਿਹਾ ਅਤੇ ਉਹਨੇ ਗੱਡੀ ਸਿੱਧੀ ਲਿਆ ਕੇ ਸਾਡੀ ਗੱਡੀ ਵਿੱਚ ਮਾਰੀ ਅਤੇ ਉਤਰਦਿਆਂ ਸਾਰ ਹੀ ਮੈਨੂੰ ਚਪੇੜਾ ਮਾਰ ਲੱਗਿਆ ਅਤੇ ਗਾਲਾਂ ਕੱਢਣ ਲੱਗ ਗਿਆ ਕੁੜੀ ਦੀਆਂ। ਮੇਰੀ ਬੇਟੀ ਨਾਲ ਹੀ ਇਹਨੂੰ ਵੀ ਦੂਜਿਆਂ ਦੋ ਬੰਦਿਆਂ ਨੇ ਜਿਹੜਾ ਮੈਨੂੰ ਆ ਕੇ ਫੜ ਲਿਆ, ਮੈਨੂੰ ਇੱਕ ਨੇ ਕਿਰਪਾਨ ਮਾਰੀ ਅਤੇ ਦੂਜੇ ਨੇ ਕੀ ਆ ਉਹ ਇੱਟਾਂ ਉੱਟਾਂ ਸੀ ਉੱਥੇ, ਅਤੇ ਉਹ ਸਾਨੂੰ ਦੋਵਾਂ ਨੇ ਇਹਨੂੰ ਵੀ ਵਾਲਾਂ ਤੋਂ ਫੜ ਕੇ ਉਹਨਾਂ ਥੱਲੇ ਸੁੱਟ ਲਿਆ ਅਤੇ ਕਾਫੀ ਦੇਰ ਸਾਨੂੰ ਉਹਨਾਂ ਕੁੱਟਿਆ, ਕੱਪੜੇ ਕੁੱਪੜੇ ਮੇਰੇ ਪਾੜ 'ਤੇ। ਫਿਰ ਮੈਂ ਜਦੋਂ ਉੱਥੋਂ ਛੁੱਟ ਛੱਡ ਕੇ ਅਸੀਂ ਨੂੰ ਬੇਟੀ ਨੂੰ ਕਿਹਾ ਪਿੱਛੇ ਹਟ ਜਾ, ਜਦੋਂ ਅਸੀਂ ਵਾਪਸ ਜਾਂਦੇ ਤਾਂ ਇੱਟਾਂ ਪੱਥਰ ਮਾਰਦੇ ਮੇਰੇ ਘਰ ਤੱਕ ਆਏ ਅਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਨੂੰ ਗਾਲੀ ਗਲੋਚ ਕੀਤਾ ਵਾ ਅਤੇ ਮੇਰੇ ਹੀ ਲਾਗੇ ਹੀ ਗਲੀ ਦੇ ਰੰਜਿਸ਼ ਕੋਈ ਨਹੀਂ, ਮੈਨੂੰ ਤਾਂ ਸਮਝ ਨਹੀਂ ਲੱਗੀ। ਨਸ਼ਾ ਹੀ ਇੰਨਾ ਕਰਦੇ ਆ ਉਹ ਕਿ ਵੈਸੇ ਪਹਿਲਾਂ ਵੀ ਸਾਨੂੰ ਪਤਾ ਉੱਥੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਇੰਨਾ ਅਤੇ ਬਿਲਕੁਲ ਨਸ਼ੇ ਧੁੱਤ ਦੀ ਅੱਗੇ ਵੀ ਗੋਲੀਆਂ ਗਲੀਆਂ ਚਲਾਈਆਂ ਨੇ। ਪੁਲਿਸ ਨੇ ਸੁਲਤਾਨਵਿੰਡ SHO ਕੋ ਗਏ ਸੀ ਜਿਹਨੇ ਬਹੁਤ ਘਟੀਆ ਕਾਰਗੁਜ਼ਾਰੀ ਦਿਖਾਈ ਆ, ਮੇਰੇ ਵੱਲੋਂ ਕੰਪਲੇਂਟ ਲੈ ਕੇ ਸਾਨੂੰ ਉੱਥੇ ਬਿਠਾ ਛੱਡਿਆ ਅਤੇ ਉਹਨਾਂ ਨੂੰ ਸ਼ਰਾਬ ਪੀਤੀ ਉਹਨਾਂ ਨੂੰ ਭਜਾ ਦਿੱਤਾ ਵਾ, ਫੜਿਆ ਨਹੀਂ। ਉਸ ਤੋਂ ਬਾਅਦ ਉਹਨਾਂ ਨੂੰ ਦਾਖਲ ਕਰਾਤਾ ਪ੍ਰਾਈਵੇਟ ਹਸਪਤਾਲ ਦੇ ਵਿੱਚ,
तो क्योंकि इन्हों की शराब पीती आई नहीं मुलाजे दे विच अगले दिन साड़ी जिहड़ी आ कार्रवाई साड़ी बनती हो सराह की पर कोई कार्रवाई नहीं की दो तीन बजे तक खज्जल खराब करके अं घर चले गए उल्टा साढ़े दे मेरे दे ते मेरे नाल दे पता नहीं गुआंढियां गुंढियां दे होर ते एक परचा दर्ज कर दिता जबकि जिहड़े लड़ाई च शामिल भी नहीं है मेरे नाल भी ने मैं ते मेरी बेटी कल्ले ही होर तो तीजा बंदा ही कोई नहीं सी ते उन्हां दे परचा कित्थों दर्ज करदा तू एस एच ओ इनकुआरी कदी कीती है मैं इहो रिक्वेस्ट करदा साढ़े कमिश्नर साहब मानयोग जिहड़े भी सीनियर अफसर आ वो डंगियाई नाल जांच करन ते सानू इंसाफ मिले बाकी मैनू पुलिस नाल कोई रंजिश नहीं है कोई बंदा चंगा होंदा कोई किसी तरह भी कर सकता पर उन्हें जी उस दिन कारगुजारी की बहुत माड़ी तो घटिया की एस एच ओ दे कोई रिलेशन दे विच हैगे ने जां कोई मैनू नहीं समझा भी कोई रिश्तेदार ने जां किद्दां पता लगा वा इस करके उन्हें सारी रंजिश मतलब कढ़ी मेरा नाम मनरीत औलख ते मैं स्पोर्ट्स प्लेयर हाँ क्रिकेट खेडती हाँ मैं ते मेरे पापा जाते पे सी हुणे जिवें उन्होंने आख्या ते ओही गल है कि इन्हां नूं भी मारिया गया ते मेरे भी वाल फड़ के ते मैनूं थल्ले सुट्टिया गया मेरे भी उन्हें थप्पड़ मारे आ ते साडे घर दे लागे ही रहिंदे आ सानूं जानदे आ ते कोई सेफ ते हैगा नहीं जो भी तीन जाने सीगे दो जाने ते पापा ने फड़िया होया सीगा एक जाने ने काफ़ी मारिया मैं क्रिकेट खेडती हाँ स्टडी करती हाँ नाल क्रिकेट दी प्लेयर है मेरे पापा पुलिस च हैगे आ ते मैनूं इनसिक्योरिटी नहीं दित्ती जांदी ते आम लोकां नूं ते फिर भी नहीं मिलदी होएगी इंसाफ मिले ते सिक्योरिटी पूरी जो कहंदे आ कि उन्होंने इन्नी ज़्यादा दारू पीती हुई सीगी हाँ जी वो गड्डी भी अगे ला लेंदे मैं अकेले ग्राउंड जाना हुंदा प्रैक्टिस लई जाना हुंदा ते मामला ये है जी कि असी मैं दर्शन एवन्यू रहिना पिछले 20 सालों तो दर्शन एवन्यू रह रहा तो इंस्पैक्टर जगबीर जी भी उत्थे दर्शन एवन्यू रह रहे मनप्रीत भी दर्शन एवन्यू रह रहा उस दिन मेरी भाई जगबीर नाल गल हुई आ ते इन्होंने कहा मेरी बेटी दे सट लगी आ बॉल वज गई क्योंकि भाजी इंटरनेशनल प्लेयर ने वॉलीबॉल दी ते जिहड़ी इन्हां दी बेटी आ वह भी क्रिकेट की प्लेयर आ इन्होंने कहा सट लगी है चलो असी लागे होण करके मैं उत्थे पता लैण गया एक घर नहीं सी हैगे अगली गली च रौला सुनिया मैं उधर चला गया जो उधर जाके देखिया तो मैं इंस्पैक्टर जगबीर होना देखिया उन्होंने कपड़े कुपड़े फटे से मतलब काफ़ी लहू मूँह चो निकल रहा हाथों निकल रहा उस चीज़ के असी उत्थे खलोते हैं मैं एस एच ओ साहब नूं फोन किया मैं कह जी इत्थे झगड़ा हो गया आ जाओ कि आ गलबात हुई आ इत्थे कोई किसी का नुकसान ना हो जाए जां कुछ भी मतलब उस चीज़ नूं कवर करन दी कोशिश की एस एच ओ साहब 10 मिनट आ गए पर जिहड़ा इन्हां ने उस तों बाद रोल अदा किया कि एस एच ओ साहब नूं सारी डिटेल दसी गई सारियां वीडियो दित्तियां गईयां पहली वीडियो दूजी वीडियो तीजी वीडियो चौथी वीडियो पर एस एच ओ साहब ने उपरले बन्ने इन्हां दी पता नहीं की दूजी पार्टी नाल सांझ सी उस पार्टी दे नाल इन्हां ने सिर्फ चौथी वीडियो वायरल की आ वेखो जी साडा इंस्पैक्टर इस तरह का इन्हें आह किया इन्हें यह किया जबकि यह सच्चाई सामने आ चुकी आ ते वीडियो बनाउण वाले भी इंस्पैक्टर जगबीर हनी ने कि जे इत्थे पुलिस ही सेफ नहीं हैगी ते तुसीं की करोगे सिर्फ इन्हां ने मेरा नाम बिच इस करके दिता क्योंकि ए भी एस एच ओ साहब ने इन्हां नूं सलाह दी कि तुसीं सर्कल प्रधान जे ऑलरेडी अकाली दल से बड़े ब्लेम लगते रहे हैं कि तुसीं जे इहदा नाम बिच दे दोगे तो पोलीटिकल जिहा मैटर बन जूगा जबकि सारिया वीडियोज़ के नज़र आ रहा कि मैं नहीं हैगा अखीर तो मैं आ रहा तो मैं ही एस एच ओ साहब नूं फोन कर रहा फिर दूजी गल इन्हों का डॉकट पहला दिता रात सारी शदाई बना छड़िया कोई परचा नहीं किया कुछ नहीं किया अगले नूं दूजा डॉकट दूसरी पार्टी नूं दे के उन्हों का परचा उस वेले दर्ज कर दिता मतलब बड़ा माड़ा रोल एक तुहाडे पुलिस डिपार्टमेंट के इंस्पैक्टर से गल पै रहे असी यह नहीं कहते तुसी सियाणे हुंदे तो शायद उत्थे बह के नबेड़ ही हुंदे इन्हां दी मतलब बड़ा माड़ा रोल इहदे विच एस एच ओ साहब ने अदा किया मंग जो सब कहे जी उस सर नूं इनक्वायरी लाई जाए जो सच सच है झूठ झूठ है उन्हें किया जाए दुधा दुध पानी का पानी किया जाए उधर पूरे मामले दूजी धिर ने जो गंभीर इल्जाम थानेदार ते लगाए गलबात इदा है जी मैं अपने परिवार के नाल आ रहा सी मेरे मिसेज मेरी बेटी बेटा मेरी मदर इन ला ही तो जो मैं राह दे विच आया तो ये जगबीर सिंह जो इंस्पैक्टर आदि गड्डी ने मेरी गड्डी के नाल लाती क्योंकि इन्हें ड्रिंक की ही चार पाँच जने ही तो मैं गड्डी फिर उतो तोर ली है तोर के तो मैं गाड़ी जाके तो फिर मेरी गड्डी गाड़ी जाके तो इन्होंने गड्डी मेरी हाथ दे के खिलार ली है खिलार के तो मैं कद बाहर निकलिया तो इन्होंने बाहर निकलदा सारे ने मेरी पग लाती है तो मेरे तो उस वे वार कर मैंने कहता तू तेन अज मार देना क्योंकि मैं ये तो मैं ना मेरी रंजिश तो कई हैगी नहीं पर इन्होंने कोई प्लैनिंग बनाई है ये अकाली नेता के तौर के उत्ते
ਅਤੇ ਉਸ ਵੇਲੇ ਗੱਡੀ 'ਚੋਂ ਬਾਅਦ 'ਚ ਚਾਬੀ ਕੱਢ ਲਈ ਇਹਨਾਂ ਨੇ। ਚਾਬੀ ਕੱਢ ਕੇ ਮੈਂ ਚਾਬੀ ਲੈਣ ਹੀ ਉਤਰਿਆ, ਚਾਬੀ ਲੈਣ ਜਾਂਦਾ ਰਿਹਾ ਇਹਨਾਂ ਦੇ ਮਗਰ, ਚਾਬੀ ਦੇ ਦਿਉ ਚਾਬੀ ਦੇ ਦਿਉ, ਚਾਬੀ ਦਿੰਦਾ ਨਹੀਂ, ਚਾਬੀ ਇਹਨੇ ਜੇਬ 'ਚ ਪਾ ਛੱਡੀ ਆਪਣੀ, ਅਤੇ ਬਸ ਆਉਂਦਾ ਹੁਣ ਮੈਂ ਪਿਸਟਲ ਲੈ ਕੇ ਆਉਣਾ ਤੈਨੂੰ ਅੱਜ ਦੱਸ ਦੇਣਾ ਮੈਂ। ਇਹਦਾ ਫਿਰ ਸਾਲਾ ਉੱਥੇ ਹਰਦੀਪ ਸਿੰਘ ਜਿਹੜਾ ਗਨਮੈਨ ਵੀ ਹੈ ਇਹਦੇ, ਸੋਨੂ ਸੋਹਲ, ਉਹਨਾਂ ਨੇ ਫੋਨ ਵੀ ਕੀਤੇ ਆ ਬਾਅਦ ਵਿੱਚ, ਫੋਨ ਕਰਕੇ ਉਹਨਾਂ ਨੇ ਬੰਦੇ ਬੁਲਾ ਲਏ ਹੋਰ, ਅਤੇ ਮੈਂ ਫਿਰ ਉਹਦੇ ਵਿੱਚ, ਤੁਸੀਂ ਵੀਡੀਓ ਵੀ ਹੈ ਜਿਹੜੀ ਵਾਇਰਲ ਹੋਈ ਆ ਉਹਦੇ ਵਿੱਚ, ਇਹਨੇ ਮੈਨੂੰ ਫਿਰ ਮੈਂ ਇਹਦੇ ਸਾਲੇ ਨੂੰ ਆਖਣਾ ਮੈਨੂੰ ਚਾਬੀ ਦੇ, ਅਤੇ ਮੇਰਾ ਧਿਆਨ ਇੱਧਰਲੇ ਪਾਸੇ ਇਹਨੇ ਮਗਰੋਂ ਲਿਆ ਕੇ ਮੇਰੇ ਸਿਰ 'ਚ ਮਾਰੀ, ਬਸ ਉਸ ਤੋਂ ਬਾਅਦ ਮੈਨੂੰ ਕੁਛ ਪਤਾ ਨਹੀਂ ਲੱਗਾ ਇਹਨੇ। ਮੈਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦਾ ਹਾਂ, CP ਸਾਹਿਬ ਕੋਲ ਮੰਗ ਕਰਦਾ ਹਾਂ ਕਿ ਇਹੋ ਜਿਹੇ ਅਫਸਰ ਨੂੰ ਡਿਸਮਿਸ ਹੀ ਕਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹਦੇ ਪਹਿਲਾਂ ਵੀ ਤੁਸੀਂ ਪਿੱਛੇ ਵੀ ਆਪ, ਤੁਸੀਂ ਮੀਡੀਆ ਨੂੰ ਮੈਂ ਬੇਨਤੀ ਕਰਦਾ, ਇਹਦੇ ਪਿੱਛੇ ਵੀ 4 ਸਾਲ ਪਹਿਲਾਂ ਵੀ ਇੱਥੇ ਕੇਸ ਸੀ, ਇੱਕ ਹੋਟਲ ਦੇ ਵਿੱਚੋਂ ਜੂਆ ਖਿਡਾਉਂਦੇ ਦੇ ਉੱਤੇ ਇਹ ਸਸਪੈਂਡ ਹੋਇਆ ਸੀ ਉਦੋਂ, ਉਸ ਤੋਂ ਬਾਅਦ ਫਿਰ ਇਹ ਡਰੋਨ ਦੇ ਕੇਸ 'ਚ ਵੀ ਇਹ ਸਸਪੈਂਡ ਹੋਇਆ ਸੀ। ਅਤੇ ਇਹੋ ਜਿਹੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਾਂ, CP ਸਾਹਿਬ ਨੂੰ ਵੀ ਬੇਨਤੀ ਕਰਦਾ, DGP ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦੇ ਨੂੰ ਤੁਹਾਨੂੰ ਕੋਈ ਅਧਿਕਾਰ ਨਹੀਂ ਜਿਹੜਾ ਬਦਮਾਸ਼ੀਆਂ ਕਰੇ ਅਤੇ ਲੋਕਾਂ ਦੀ ਜਾਨ 'ਤੇ ਹਮਲਾ ਕਰੇ। ਪਰ ਜਿਸ ਥਾਣੇ 'ਚ ਥਾਣੇਦਾਰ ਖਿਲਾਫ਼ ਪਰਚਾ ਦਰਜ ਹੋਇਆ ਉਸਦੇ ਇੰਚਾਰਜ ਦਾ ਕਹਿਣਾ ਹੈ ਕਿ ਸਭ ਕੁਝ ਸਬੂਤਾਂ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ। ਮਾਮਲਾ ਇਹ ਹੈ ਜੀ ਵੀ 27 ਤਰੀਕ ਨੂੰ ਰਾਤ ਦੀ ਗੱਲ ਹੈ, ਦਰਸ਼ਨ ਐਵਨਿਊ ਲੋਕੈਲਿਟੀ ਦੇ ਵਿੱਚ ਇਹ ਦੋਨੋਂ ਰਹਿੰਦੇ ਆ, ਇੱਕ ਇੰਸਪੈਕਟਰ ਜਗਬੀਰ ਔਰ ਇੱਕ ਮਨਪ੍ਰੀਤ ਮਾਲ। ਇਹ ਆਪਸ ਦੇ ਵਿੱਚ ਗੱਡੀ, ਇਹਨਾਂ ਦੀਆਂ ਕਿਤੇ ਗੱਡੀਆਂ ਆਪਸ ਦੇ ਵਿੱਚ ਲੱਗ ਗਈਆਂ ਸੀਗੀਆਂ, ਉਸ ਗੱਲ ਤੋਂ ਇਹਨਾਂ ਦੀ ਲੜਾਈ ਹੋਈ ਹੈ। ਉਸ ਲੜਾਈ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੰਸਪੈਕਟਰ ਜਗਬੀਰ ਦੂਸਰੀ ਪਾਰਟੀ ਨੂੰ ਸੱਟਾਂ ਲਾ ਰਹੇ ਆ। ਉਹਨਾਂ ਦੀ ਸਟੇਟਮੈਂਟ 'ਤੇ ਅਸੀਂ ਜੋ ਕਾਰਵਾਈ ਬਣਦੀ ਸੀਗੀ FIR ਦਰਜ ਕੀਤੀ ਹੈ, ਔਰ ਇੰਸਪੈਕਟਰ ਜਗਬੀਰ ਸਿੰਘ ਉਹਨਾਂ ਨੇ ਜੋ ਆਪਣੀ ਸਟੇਟਮੈਂਟ ਦਿੱਤੀ ਉਹਦਾ ਵੀ ਅਸੀਂ ਕਾਰਵਾਈ। ਦੇਖੋ ਸਾਡਾ ਕੰਮ ਬਣਦਾ, ਅਸੀਂ ਮੈਰਿਟ 'ਤੇ ਜੋ ਵੀ ਹੈਗਾ ਮੈਰਿਟ 'ਤੇ ਕਰਾਂਗੇ। CCTV ਫੁਟੇਜ ਬਾਕੀ ਵੀ ਉੱਥੇ ਹਾਸਿਲ ਕੀਤੀਆਂ ਜਾ ਰਹੀਆਂ, ਔਰ ਜੋ ਸਹੀ ਹੋਊਗਾ ਉਹੀ ਕੀਤਾ ਜਾਊਗਾ। ਸੋ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਪਣੇ ਹੀ ਮਹਿਕਮਾ ਤੋਂ ਇਨਸਾਫ਼ ਦੀ ਗੁਹਾਰ ਲਗਾਉਣ ਵਾਲੇ ਇਸ ਥਾਣੇਦਾਰ ਨਾਲ ਜੋ ਹੋਈ ਉਸ ਬਾਬਤ ਵਿਭਾਗ ਕੀ ਐਕਸ਼ਨ ਲੈਂਦਾ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।